ਪਤਾ ਵੀ ਇਸ ਸਮੇਂ ਰੂਸ ਤੇ ਯੂਕਰੇਨ ਦੀ ਲੜਾਈ ਚੱਲ ਰਹੀ ਹੈ ਜੰਗ ਛੇੜੀ ਹੋਈ ਹੈ ਤਾਂ ਉਸ ਦੇ ਵਿੱਚ ਕੱਚੇ ਤੇਲ ਦਾ ਭਾਅ ਵੀ ਜਿਹੜਾ ਹੈ ਵੱਧ ਗਿਆ ਹੋਇਆ ਜਿਸ ਕਰਕੇ ਪੈਟਰੋਲ ਅਤੇ ਕਹਿ ਸਕਦੇ ਆ ਪੈਟਰੋਲ ਅਤੇ ਡੀਜ਼ਲ ਦੇ ਰੇਟਾਂ ਦੇ ਵਿੱਚ ਇੱਕ ਪਾਸੇ ਉਛਾਲ ਵੀ ਆ ਸਕਦਾ ਹੈ ਤੇ ਦੂਜੇ ਪਾਸੇ ਗੱਲ ਕਰੀਏ ਤਾਂ ਐਲਪੀਜੀ ਸਿਲੰਡਰ ਮਹਿੰਗੇ ਹੋ ਚੁੱਕੇ ਆ ਜਿਹੜਾ ਵਾਦਾ ਸਿਲੰਡਰ ਇੱਕ ਸਿਲੰਡਰ ਦੇ ਪਿੱਛੇ ਜਿਹੜਾ 105 ਰੁਪਏ ਦਾ ਵਾਦਾ ਹੋਇਆ ਇਸ ਸਮੇਂ ਜਿਹੜੇ ਸਿਲੰਡਰ ਹੈ ਮਹਿੰਗੇ ਹੋ ਚੁੱਕੇ ਆ ਦੂਜੇ ਸਮੇਂ ਦੂਜੇ ਪਾਸੇ ਸੀ ਇਲੈਕਸ਼ਨਾਂ ਦੀ ਵੀ ਗੱਲ ਕਰਦੇ ਆ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਇਲੈਕਸ਼ਨ ਹੋ ਕੇ ਹਟੇ ਨੇ ਪੰਜ ਰਾਜਾਂ 'ਚਤੇ ਕੁਝ ਕੁ ਪਾਸੇ ਅਜੇ ਵੀ ਇਲੈਕਸ਼ਨ ਚੱਲ ਰਹੇ ਨੇ ਰਿਜ਼ਲਟ ਆਣਾ ਅਜੇ ਬਾਕੀ ਆ ਪਰ ਉਸ ਦੇ ਵਿੱਚ ਹੀ ਇਹ ਰੇਟ ਜਿਹੜੇ ਨੇ ਵਧਾ ਦਿੱਤੇ ਗਿਆ 105 ਰੁਪਏ ਵਧਾ ਦਿੱਤਾ ਗਿਆ ਦਿੱਲੀ ਤੋਂ ਜਿਹੜੇ ਹੁਣ ਕਹਿ ਸਕਦੇ ਆ ਵੀ ਜਿਹੜਾ ਇੱਕ ਸਿਲੰਡਰ ਦੇ ਪਿੱਛੇ ਰੇਟ ਆਂਦਾ 105 ਰੁਪਏ ਉਹ ਬਾਅਦ ਚੁੱਕਾ ਆ ਤੇ ਕਲਕੱਤੇ ਦੀ ਗੱਲ ਕਰੀਏ ਤਾਂ 108 ਰੁਪਏ ਜੜਾਏ ਮਹਿੰਗਾ ਜਿਹੜਾ LPG ਸਿਲੰਡਰ ਹੋ ਚੁੱਕਾ ਆ ਪਰ ਹੁਣ ਤੁਹਾਨੂੰ ਦੱਸਦੇ ਆ ਵੀ ਕਿਹੜਾ ਸਿਲੰਡਰ ਜਿਹੜਾ ਮਹਿੰਗਾ ਹੋਇਆ ਜਿਹੜਾ ਕਮਰਸ਼ੀਅਲ ਸਿਲੰਡਰ ਹੈ ਜਿਹੜਾ 19 ਕਿਲੋ ਦਾ ਸਿਲੰਡਰ ਆਂਦਾ ਉਹ ਮਹਿੰਗਾ ਹੋ ਚੁੱਕਾ ਹੈ ਕਮਰਸ਼ੀਅਲ ਸਿਲੰਡਰ ਮਹਿੰਗਾ ਹੋਇਆ ਤਾਂ ਜਿਵੇਂ ਕਾਫੀ ਲੋਕ ਜਿਹੜੇ ਨੇ ਬੁਜਾਰੀ ਖਾਣ ਦੇ ਸ਼ੌਕੀਨ ਵੀ ਹੁੰਦੇ ਹਨ ਰੈਸਟੋਰੈਂਟਾਂ 'ਚ ਜਾ ਕੇ ਵੀ ਖਾਂਦੇ ਹਨ ਤਾਂ ਉੱਥੇ ਹੁਣ ਰੋਟੀ ਜਿਹੜੀ ਆ ਖਾਣਾ ਜਿਹੜਾ ਹੈ ਉਹ ਮਹਿੰਗਾ ਵੀ ਜ਼ਰੂਰ ਹੋ ਜਾਏਗਾ ਇਹ ਸਭ ਕੁਝ ਹੁਣ ਮਹਿੰਗਾ ਹੋ ਜਾਏਗਾ ਤੇ ਹੁਣ ਤੁਹਾਨੂੰ ਦੱਸਦੇ ਆ ਵੀ ਜਿਹੜਾ ਕਮਰਸ਼ੀਅਲ ਸਿਲੰਡਰ ਦਾ ਰੇਟ ਹੈ ਜਿਹੜਾ 19 ਕਿਲੋ ਦਾ ਸਿਲੰਡਰ ਆਂਦਾ ਹੈ ਉਹਦਾ ਹੁਣ ਰੇਟ ਜਿਹੜਾ ਹੈ 2012 ਰੁਪਏ ਹੋ ਚੁੱਕਾ ਹੈ ਅਤੇ ਜਿਹੜਾ ਛੋਟਾ 5 ਕਿਲੋ ਦਾ ਕਮਰਸ਼ੀਅਲ ਸਿਲੰਡਰ ਹੁੰਦਾ ਹੈ ਉਸਦਾ ਵੀ ਰੇਟ ਜਿਹੜਾ ਹੈ 27 ਰੁਪਏ ਸਿੱਧੇ ਤੌਰ ਤੇ ਵਧਾਇਆ ਗਿਆ ਹੈ ਸੋ ਉਹ ਹੁਣ ਕਹਿ ਸਕਦੇ ਆ ਕਿ ਇੱਕੋ ਦਮ ਜਿਹੜਾ ਹੈ ਰੇਟਾਂ ਦੇ ਵਿੱਚ ਇਸ ਤਰੀਕੇ ਨਾਲ ਉਛਾਲ ਹੋਇਆ ਆਇਆ ਹੈ ਕਿਉਂਕਿ ਮਾਰਕੀਟ 'ਚ ਜੇ ਗੱਲ ਕਰਦੇ ਆ ਤਾਂ ਕੱਚੇ ਤੇਲ ਦੀ ਲਗਾਤਾਰ ਜਿਹੜਾ ਇਹ ਰੇਟ ਵੱਧਾ ਜਾ ਰਿਹਾ ਜੰਗ ਕਰਕੇ ਵੀ ਜਿਹੜਾ ਲਗਾਤਾਰ ਕੱਚੇ ਤੇਲ ਦਾ ਪਾ ਜਿਹੜਾ ਵਧਦਾ ਜਾ ਰਿਹਾ ਤੇ ਇੱਕੋ ਦਮ ਹੀ 105 ਰੁਪਏ ਜਿਹੜਾ ਇਹ ਰੇਟ ਵਧਾ ਦਿੱਤਾ ਗਿਆ ਜਿਸ ਕਰਕੇ ਕਹਿ ਸਕਦੇ ਆ ਵੀ ਹੁਣ ਰੇਟ ਜਿਹੜਾ ਹੈ 2012 ਰੁਪਏ ਜਿਹੜਾ ਦਿੱਲੀ ਦਾ ਰੇਟ ਹੁਣ ਹੋ ਗਿਆ ਆ ਤੇ ਕਲਕੱਤੇ ਦੀ ਗੱਲ ਕਰਦੇ ਆ ਤਾਂ ਕਲਕੱਤੇ 'ਚ ਵੀ ਰੇਟ ਜਿਹੜਾ ਹੈ ਇੱਕੋ ਦਮ 108 ਰੁਪਏ ਜਿਹੜਾ ਵਧਿਆ ਤਾਂ ਕੀਮਤ ਜਿਹੜੀ ਆ ਉਸ ਦੀ ਵੀ ਹੁਣ ਕਾਫੀ ਵਧ ਚੁੱਕਾ ਹੈ 1987 ਰੁਪਏ ਜਿਹੜੇ ਹੈ ਉਸ ਦਾ ਹੁਣ ਰੇਟ ਹੋ ਚੁੱਕਾ ਹੈ ਤਾਂ ਲਗਾਤਾਰ ਸਿਲੰਡਰ ਦੀ ਜਿਹੜੀ ਕੀਮਤ ਹੈ ਇੱਕੋ ਦਮ ਇਸ ਤਰੀਕੇ ਨਾਲ ਬੂਸਟ ਆਇਆ ਇੱਕ ਦਿਨ ਦੇ ਵਿੱਚ ਹੀ 105 ਰੁਪਏ ਮਹਿੰਗਾ ਹੋ ਚੁੱਕਾ ਹੈ ਸੋ ਇਸ ਤੇ ਕਹਿ ਸਕਦੇ ਆ ਵੀ ਮਹਿੰਗਾਈ ਵੀ ਵਧ ਸਕਦੀ ਹੈ ਮਹਿੰਗਾਈ ਦੇ ਜਿਵੇਂ ਆਪ ਸਾਰਨੂੰ ਪਤਾ ਸਭ ਕੁਝ ਜਿਹੜਾ ਕੱਚੇ ਤੇਲ ਤੇ ਚੱਲਦਾ ਹੈ ਤਾਂ ਪੈਟਰੋਲ ਤੇ ਡੀਜ਼ਲ ਦੇ ਭਾਅ ਵੀ ਕਈ ਪਾਸੇ ਵਧਨੇ ਸ਼ੁਰੂ ਹੋ ਗਏ ਹਨ ਤੇ ਕਈ ਪਾਸੇ ਇਹ ਕਿਹਾ ਜਾ ਰਿਹਾ ਇੱਕੋ ਦਮ ਡੀਜ਼ਲ ਦੇ ਰੇਟ ਤੇ ਪੈਟਰੋਲ ਦੇ ਰੇਟ ਵੀ ਵਧ ਸਕਦੇ ਆ ਇਸ ਕਰਕੇ ਮਹਿੰਗਾਈ ਵੀ ਵੱਧ ਸਕਦੀ ਹੈ ਕਿ ਟ੍ਰਾਂਸਪੋਰਟੇਸ਼ਨ ਦੀ ਗੱਲ ਕਰਦੇ ਹਾਂ ਤਾਂ ਹਰ ਚੀਜ਼ ਤੇ ਕਹਿ ਸਕਦੇ ਹਾਂ ਟ੍ਰਾਂਸਪੋਰਟੇਸ਼ਨ ਵੀ ਹੁੰਦੀ ਹੈ ਤਾਂ ਉਸ ਦਾ ਖਰਚਾ ਵੀ ਵਧੂਗਾ ਅਤੇ ਜਿਵੇਂ ਹੁਣ ਲੋਕ ਬਾਹਰ ਜਾਣ ਦੇ ਬਾਹਰ ਖਾਣ ਦੇ ਬਹੁਤ ਜ਼ਿਆਦਾ ਸ਼ੌਕੀਨ ਹਨ ਤਾਂ ਉਸ ਤੇ ਵੀ ਕਹਿ ਸਕਦੇ ਹਾਂ ਵੀ ਲੋਕਾਂ ਦੀ ਜੇਬ ਵੀ ਟਲੀ ਹੋ ਸਕਦੀ ਹੈ ਕਿਉਂਕਿ ਇੱਕੋ ਦਾਮ ਕਮਰਸ਼ੀਅਲ ਸਿਲੰਡਰ ਦਾ ਰੇਟ ਵਧਨਾ 105 ਰੁਪਏ ਰੇਟ ਵਧਨਾ ਤਾਂ ਇਸ ਕਰਕੇ ਜਿਹੜਾ ਬਾਹਰ ਦਾ ਖਾਣਾ ਪੀਣਾ ਉਸ ਤੇ ਵੀ ਰੇਟ ਜਿਹੜਾ ਕਹਿ ਸਕਦੇ ਹਾਂ ਉਸ ਦਾ ਵੀ ਰੇਟ ਜਿਹੜਾ ਹੈ ਹੁਣ ਵੱਧ ਸਕਦਾ ਹੈ ਜ਼ਰੂਰ ਜਿਹੜਾ ਕਰੇਲੂ ਗੈਸ ਸਿਲੰਡਰ ਉਸ ਦਾ ਹਜੇ ਰੇਟ ਨਹੀਂ ਵਧਿਆ ਉਸ ਦੀ ਸਰਕਾਰ ਨੇ ਹਜੇ ਤੱਕ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਪਰ ਇਹ ਵੀ ਗੱਲ ਆ ਰਹੀ ਹੈ ਵੀ ਸ਼ਾਇਦ ਉਸ ਦਾ ਵੀ ਰੇਟ ਵੱਧ ਸਕਦਾ ਹੈ ਤਾਂ 105 ਰੁਪਏ ਜਿਹੜਾ ਹੈ ਰੇਟ ਤਾਂ 105 ਰੁਪਏ ਰੇਟ ਜਿਹੜਾ ਹੈ ਇੱਕਦਮ ਵਧਾ ਦਿੱਤਾ ਗਿਆ ਕਮਰਸ਼ੀਅਲ ਸਿਲੰਡਰ ਦਾ ਜਿਹੜਾ ਰੇਟ ਹੈ 105 ਰੁਪਏ ਵਧਾ ਦਿੱਤਾ ਗਿਆ ਜਿਸ ਕਰਕੇ ਹੁਣ ਮੌਜੂਦਾ ਜਿਹੜਾ ਰੇਟ ਹੈ 2012 ਹੋ ਚੁੱਕਾ ਹੈ